अगली गल करिए शर्मा जी गैसट हाउसा की, जेडे खुलन जा रहे गैसट हाउस है जां जिन्हां दी मरम्मत होनी है ते हुण जिन्हां दे विच मंत्रियां नूं हदायतां कि भाई तुसीं बैठिया करो इन्हां दे विच, ठीक है करो, इन्हां दा वी हाल चाल पुछो। वह सवाल खड़ा यह हो गया भी कितने ये सारा कुछ जो हो रहा है कितने भ्रिष्टाचार का केंद्र तो नहीं बन जूगा। प्रवीण जी, आम आदमी पार्टी का यह नारा रहा कि असी बी आई पी कल्चर खत्म करांगे, लाल बत्ती वाली गड्डिया नहीं लवांगे, बड़े घर नहीं लवांगे, सरकार पिंडां तो चलूगी, उस तरह सुधार लवांगे, कोई बी आई पी कल्चर नहीं। पर जो सरकार बनी तो गड्डिया भी नवीं, कोठियां च समान भी नवा चाहिए, कोठियां भी बड़िया चाहिए, फ्लैट भी चाहिए ने, सारा अमला फला उ सुरक्षा उ ਗੱਡੀਆਂ 40-40 ਹੋ ਗਈਆਂ, ਮੁੱਖਮੰਤਰੀ ਸਾਹਿਬ ਦੇ ਕਾਫਲੇ 'ਚ 33 ਤੋਂ ਵੱਧ ਕੇ। ਸੋ ਇਸ ਲਈ ਉਹ ਚਰਚਾ ਖੂਬ ਚੱਲੀ ਕਿ ਕੁਛ ਨਹੀਂ ਬਦਲਿਆ। ਫਿਰ ਜਿੱਥੋਂ ਤੱਕ ਸਵਾਲ ਆਇਆ ਹੁਣ ਇਹਨਾਂ ਦਾ, ਇਹ ਬੜਾ ਚੰਗਾ ਸੁਣਨ ਨੂੰ ਲੱਗਿਆ ਕਿ ਲੈ ਵੀ ਹੁਣ ਮਹਿੰਗੇ ਹੋਟਲ ਛੱਡ ਕੇ ਜੀ ਸਰਕਾਰ ਹੁਣ ਸਰਕਾਰੀ ਰੈਸਟ ਹਾਊਸ, ਗੈਸਟ ਹਾਊਸ ਹੈ ਉਹਨਾਂ 'ਚ ਰੁਕਿਆ ਕਰੂਗੀ। ਸੋ ਉਹਦੇ ਨਾਲ ਇੱਕ ਚੰਗਾ ਮਤਲਬ ਕਿ ਸਰਕਾਰ ਨੂੰ ਆਮਦਨ ਦਾ ਵੀ ਰਾਹ ਖੁੱਲਦਾ ਤੇ ਵੀ ਆਈ ਪੀ ਕਲਚਰ ਨੂੰ ਵੀ ਬ੍ਰੇਕ ਲੱਗਦੀ ਹੈ। ਜੀ ਤੁਹਾਡੇ ਧਿਆਨ ਚ ਹੋਣਾ ਕਿ ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਵੀ ਪਟਿਆਲੇ ਅਚਾਨਕ ਪਹੁੰਚ ਗਏ ਸੀਗੇ, ਹੈ ਨਾ, ਸਰਕਟ ਹਾਊਸ 'ਚ। ਤੇ ਹਾਂਜੀ ਜਦੋਂ ਉੱਥੇ ਪਹੁੰਚੇ ਤਾਂ ਉੱਥੇ ਕਹਿੰਦੇ ਚਾਦਰਾਂ ਗੰਦੀਆਂ ਨੇ ਜੀ, ਬੈੱਡ ਗੰਦੇ ਪਏ ਨੇ ਜੀ, ਕਮਰੇ ਗੰਦੇ ਪਏ ਨੇ। ਭਾਈ ਜੇ ਕੋਈ ਆਊ ਜਾਊਗਾ ਤਾਂ ਹੀ ਸਫਾਈ ਹੋਊਗੀ, ਹਾਂ ਬੰਦ ਬਿਲਕੁਲ ਘਰਾਂ 'ਚ ਤਾਂ ਬਸ ਜਾਲੀ ਲੱਗਦੇ ਨੇ ਨਾ ਫਿਰ। ਜੀ ਸੋ ਇਸ ਲਈ ਜਦੋਂ ਆਮਦ ਹੀ ਬੰਦ ਹੋਊਗੀ ਤਦ ਇਹ ਕਰਨ। ਹੁਣ ਮਤਲਬ ਕਿ ਇਹ ਸੁਣਨ ਨੂੰ ਚੰਗਾ ਲੱਗਦਾ, ਪਰ ਡਰ ਇਸ ਲਈ ਲੱਗਦਾ ਪ੍ਰਵੀਨ ਜੀ ਕਿ ਤੁਹਾਡੇ ਧਿਆਨ 'ਚ ਹੋਣਾ 10 ਤਰੀਕ ਨੂੰ, 10 ਮਾਰਚ ਨੂੰ ਨਤੀਜੇ ਆਉਂਦੇ ਨੇ, ਠੀਕ ਹੈ, 16 ਮਾਰਚ ਨੂੰ ਸਰਕਾਰ ਸਹੁੰ ਚੁੱਕਦੀ ਆ, ਉਹਦੇ ਵਿਚਾਲੇ 13 ਮਾਰਚ ਨੂੰ ਅੰਮ੍ਰਿਤਸਰ ਦੇ ਵਿੱਚ ਇੱਕ ਰੋਡ ਸ਼ੋਅ ਕੀਤਾ ਜਾਂਦਾ, ਸ਼ਕਤੀ ਪ੍ਰਦਰਸ਼ਨ ਕੀਤਾ ਜਾਂਦਾ, ਜਿੱਤ ਦੀ ਖੁਸ਼ੀ ਮਨਾਈ ਜਾਂਦੀ ਹੈ। ਉਸ ਜਿੱਤ ਦੀ ਖੁਸ਼ੀ ਦੇ ਲਈ ਅੰਮ੍ਰਿਤਸਰ ਦੇ ਨਾਮੀ ਹੋਟਲ ਦੇ ਵਿੱਚ 3-3 ਘੰਟੇ ਲਈ ਕਮਰੇ ਲਏ ਕੇਜਰੀਵਾਲ ਸਾਹਿਬ ਨੇ ਤੇ ਭਗਵੰਤ ਮਾਨ ਸਾਹਿਬ ਨੇ, ਤੇ ਉਹਦਾ ਖਰਚਾ ਕਿੰਨਾ ਆਇਆ? ਇੱਕ ਦਾ 49,000 ਕੁਛ ਰੁਪਈਏ, ਦੂਏ ਦਾ 71,000 ਕੁਛ ਰੁਪਈਏ ਜੀ। ਸੋ 3 ਘੰਟਿਆਂ ਦੇ ਕਮਰੇ ਦਾ। ਸੋ ਇਸ ਲਈ ਇਹ ਵੀ ਆਈ ਪੀ ਕਲਚਰ ਤਾਂ ਆ ਗਿਆ ਬਿਲਕੁਲ। ਹੁਣ ਚਲੋ ਜੇ ਹੁਣ ਇਹ ਸਮਝ ਆਉਂਦੀ ਹੈ ਤਾਂ ਚੰਗਾ ਲੱਗਦਾ। ਹੁਣ ਕਹਿੰਦੇ ਕਿ ਪੰਜਾਬ ਦੇ ਅੰਦਰ ਜਿੰਨੇ ਸਰਕਟ ਹਾਊਸ ਨੇ, ਜਿੰਨੇ ਗੈਸਟ ਹਾਊਸ ਨੇ, ਉਹਨਾਂ ਨੂੰ ਦੁਬਾਰਾ ਇਸ ਪੱਧਰ ਤੇ ਕੀਤਾ ਜਾਊਗਾ, ਔਰ ਬਕਾਇਦਾ ਹੁਕਮ ਜਾਰੀ ਹੋ ਗਿਆ ਕਿ ਭਾਈ ਮੰਤਰੀਆਂ ਨੇ ਵੀ ਜੀ, ਵੱਡੇ ਅਧਿਕਾਰੀਆਂ ਨੇ ਵੀ ਇਹਨਾਂ ਸਰਕਟ ਹਾਊਸ ਗੈਸਟ ਹਾਊਸਾਂ 'ਚ ਰੁਕਣਾ, ਹੁਣ ਹੋਟਲਾਂ 'ਚ ਨਹੀਂ ਰੁਕਣਾ, ਮਹਿੰਗੇ ਕਮਰੇ ਨਹੀਂ ਲੈਣੇ, ਆਪਾਂ ਇੱਥੇ ਰਹਿਣਾ। ਇਹਦੇ ਨਾਲ ਸਰਕਾਰ ਨੂੰ ਆਮਦਨ, ਤੇ ਇਹ ਕਮਰੇ ਹੁਣ ਆਮ ਲੋਕਾਂ ਲਈ ਵੀ ਕਿਰਾਏ ਤੇ ਦੇਣ ਦਾ ਰਾਹ ਖੁੱਲਿਆ ਜਾਵੇ, ਕਿ ਇੱਕ ਕਮਰਾ ਮੁੱਖ ਮੰਤਰੀ ਲਈ, 2 ਕਮਰੇ ਹੋਰ ਲਈ ਰੱਖ ਕੇ ਬਾਕੀ ਕਮਰੇ ਆਮ ਲੋਕਾਂ ਲਈ ਖੋਲ੍ਹਣ, ਤਾਂ ਕਿ ਉਹਦੇ ਨਾਲ ਆਮਦਨ ਸ਼ੁਰੂ ਹੋਵੇ। ਪਰ ਉਹਦੇ ਲਈ ਉਸ ਸਥਿਤੀ ਨੂੰ ਸੁਧਾਰਨਾ ਜ਼ਰੂਰੀ ਹੈ। ਪੰਜਾਬ ਕੋਲ 7 ਸਰਕਟ ਹਾਊਸ ਨੇ, 227 ਗੈਸਟ ਹਾਊਸ ਨੇ ਜੀ, ਤੇ ਇਹ ਕੁੱਲ ਮਿਲਾ ਕੇ ਇਹਨਾਂ ਦੀ ਦੁਬਾਰਾ ਰਿਪੇਅਰ ਹੋਣ ਦੀ ਲੋੜ ਹੈ, ਕਿਉਂਕਿ 20 ਤੋਂ ਵੱਧ ਗੈਸਟ ਹਾਊਸ ਖੰਡਰ ਬਣ ਚੁੱਕੇ ਨੇ ਪ੍ਰਵੀਨ ਜੀ, ਔਰ 14 ਦੇ ਕਰੀਬ ਗੈਸਟ ਹਾਊਸ ਅਜਿਹੇ ਨੇ ਜਿਹੜੇ ਅੱਜ ਤੋਂ 22-23 ਸਾਲ ਪਹਿਲਾਂ ਸਰਕਾਰ ਨੇ ਨਿਲਾਮ ਕਰਤੇ ਸੀ ਜੀ, ਵੇਚੇ ਦਿੱਤੇ ਸੀ। ਸੋ ਇਸ ਲਈ ਉਹਨਾਂ ਦੀ ਮਤਲਬ ਕਿ ਉਹ ਤਾਂ ਉਹਨਾਂ ਹੱਥੋਂ ਵਾਪਸ ਨਹੀਂ ਆਉਣੇ, ਉਹ ਤਾਂ ਕਿਉਂਕਿ ਜਿਵੇਂ ਤੁਹਾਨੂੰ ਧਿਆਨ ਹੋਣਾ ਗੋਬਿੰਦਗੜ੍ਹ ਦੇ ਵਿੱਚੋਂ ਨਹਿਰ ਦੇ ਵਿੱਚ ਸੀਗਾ, ਹੈ ਨਾ, ਉਵੇਂ ਉਹ ਇੰਨੇ ਟੂਰਿਸਟ ਵਾਲੇ ਸੀਗੇ ਕਿ ਉਹਨਾਂ ਨੂੰ ਦੁਬਾਰਾ ਟੂਰਿਜ਼ਮ ਹੱਬ ਨੂੰ ਕਿਵੇਂ, ਹੁਣ ਬੀਬੀ ਅਨਮੋਲ ਗਗਨ ਮਾਨ ਵੀ ਵਿੱਚ ਇਨਵੋਲਵ ਹੋਏ ਨੇ, ਕਿਹਾ ਅਸੀਂ ਵੀ ਇਹਦੇ ਤੇ ਕੰਮ ਕਰਾਂਗੇ। ਸੋ ਇਸ ਮੌਕੇ 7 ਸਰਕਟ ਹਾਊਸ ਹੈ, 227 ਗੈਸਟ ਹਾਊਸ ਨੇ, ਤੇ 24 ਸਾਲ ਪਹਿਲਾਂ 14 ਕ ਨਿਲਾਮ ਕਰਤੇ ਸੀ, ਤੇ ਹਾਈਵੇ ਦੇ ਉੱਤੇ ਅਜੇ ਵੀ 24 ਗੈਸਟ ਹਾਊਸ ਹੈਗੇ ਨੇ। ਇਹਨਾਂ ਕੁੱਲ ਦੇ ਵਿੱਚੋਂ ਹਾਈਵੇ ਨੂੰ ਪੈਂਦੇ ਨੇ ਜਿਹੜੇ ਉਹ 24 ਦੇ ਕਰੀਬ ਹੈਗੇ ਨੇ, ਤੇ ਬਾਕੀ ਕੁੱਝ ਲਿੰਕ ਰੋਡ ਦੇ ਉੱਤੇ ਵੀ ਨੇ। ਪਰ ਤੁਹਾਡੇ ਧਿਆਨ 'ਚ ਹੋਣਾ ਕਿ ਚੰਡੀਗੜ੍ਹ ਦੇ ਵਿੱਚ ਇੱਕ ਕਿਸਾਨ ਭਵਨ ਹੈਗਾ, ਬੜਾ ਨਾਮੀ ਆ, ਮਤਲਬ ਕਿਸਾਨ ਭਵਨ ਦਾ ਚੌਂਕ ਵੀ ਨਾਮੀ ਹੈ, ਤੇ ਹਰ ਬੰਦੇ ਨੂੰ ਪੰਜਾਬ ਵਾਲੇ ਨੂੰ ਪਤਾ ਕਿ ਚੰਡੀਗੜ੍ਹ 'ਚ ਕਿਸਾਨ ਭਵਨ ਹੈ। ਤੇ ਉਹ ਕਿਸਾਨ ਭਵਨ ਦਾ ਮਤਲਬ ਇਹ ਹੈ ਕਿ ਉੱਥੇ ਪੰਜਾਬ ਤੋਂ ਆਮ ਕਿਸਾਨ ਆਵੇ ਤੇ ਭਾਈ ਰਹਿਣ ਲਈ ਉਹਦੇ ਲਈ ਟਿਕਾਣਾ 40 ਰੁਪਏ, 50 ਰੁਪਈਏ, 100 ਰੁਪਈਏ ਕਮਰਾ ਜੀ ਜੀ। ਉਹਦੇ ਵਿੱਚ 60% ਤੋਂ ਵੱਧ ਪੁਲਿਸ ਦਾ ਕਬਜ਼ਾ ਸੀ। ਹੁਣ ਪਿਛਲੀ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਹੀ ਉਹਦਾ ਦੁਬਾਰਾ ਕੰਟਰੈਕਟ ਦਿੱਤਾ ਤੇ ਉਹਦੀ ਰਿਪੇਅਰ ਸ਼ੁਰੂ ਹੋਈ, ਤੇ ਉਹ ਚਲੋ ਖਾਲੀ ਹੋ ਗਿਆ, ਪੁਲਿਸ ਤੋਂ ਖਾਲੀ ਹੋ ਗਿਆ, ਬੜੀ ਰਾਹਤ ਮਿਲੀ ਕਿ ਸ਼ੁਕਰ ਹੈ ਭਾਈ ਪੁਲਿਸ ਆਪਣੇ ਥਾਂ ਤੇ ਜਾਊਗੀ ਤੇ ਇਹ ਲੋਕਾਂ ਲਈ ਖੁੱਲੂਗਾ। ਪਰ ਹੁਣ ਉਹ ਇੰਨਾ ਵੀ ਆਈ ਪੀ ਬਣ ਗਿਆ ਜੀ, ਇੰਨਾ ਲਗਜ਼ਰੀ ਬਣ ਗਿਆ, ਇੰਨਾ ਹਾਈਟੈਕ ਬਣ ਗਿਆ ਕਿ ਉੱਥੇ ਆਮ ਕਿਸਾਨ ਤਾਂ ਰਹਿ ਹੀ ਨਹੀਂ ਸਕਦਾ, ਕਿ ਉਹਦੇ ਤਾਂ ਕੰਟਰੋਲ ਤੋਂ ਬਾਹਰ, ਹੋਟਲ ਜਿੰਨੇ ਕਮਰੇ ਦਾ ਕਿਰਾਇਆ ਹੋ ਗਿਆ ਉਹਨਾਂ ਦਾ ਜੀ। ਅੱਛਾ, ਸੋ ਇਸ ਲਈ ਉਹ ਤਾਂ ਗਿਆ। ਹੁਣ ਪੰਜਾਬ ਦੇ ਵਿੱਚ ਵੀ 25 ਗੈਸਟ ਹਾਊਸ ਬਠਿੰਡੇ ਦੇ ਖੇਤਰ ਚ ਅਜਿਹੇ ਨੇ ਜਿਸ ਤੇ ਪੁਲਿਸ ਦਾ ਕਬਜ਼ਾ, ਠੀਕ ਹੈ।
ਹੁਣ ਪਹਿਲਾਂ ਤਾਂ ਉਹ ਛਡਾ ਲਓ। ਜੇ ਉਹ ਛਡਾਓਗੇ ਤੇ ਤੁਸੀਂ ਕਹਿੰਦੇ ਹੋ ਅਸੀਂ ਮੁਰੰਮਤ ਕਰਕੇ ਨਵੇਂ ਬਣਾਉਣੇ ਆ। ਹੁਣ ਇੱਕ ਪਾਸੇ ਸੁਨੇਹਾ ਬਹੁਤ ਚੰਗਾ ਲੱਗਦਾ ਪ੍ਰਵੀਨ ਜੀ, ਬਾਦਲਾਂ ਦੀ ਸਰਕਾਰ ਜਦੋਂ 97-98 ਵਾਜਪਾਈ ਵਾਲਾ ਦੌਰ ਸੀ, ਉਸ ਸਮੇਂ ਬਾਦਲਾਂ ਦੀ ਸਰਕਾਰ ਦੇ ਮੰਤਰੀ ਸੰਤਰੀ ਅਸੀਂ ਗੈਸਟ ਹਾਊਸਾਂ ਚ ਰੁਕਦੇ ਦੇਖੇ ਨੇ ਜੀ, ਉੱਥੇ ਪ੍ਰੈਸ ਕਾਨਫਰੰਸਾਂ ਕਰਦੇ, ਉੱਥੇ ਮੀਡੀਆ ਨੂੰ ਮਿਲਦੇ, ਉੱਥੇ ਆਪ ਠਹਿਰਦੇ, ਆਪਣੇ ਵਰਕਰਾਂ ਨੂੰ ਮਿਲਦੇ ਦੇਖੇ। ਉਹ ਤੋਂ ਬਾਅਦ ਵਾਲੇ ਦੌਰ ਦੇ ਵਿੱਚ ਵੀ ਅਸੀਂ ਦੇਖਿਆ ਕਿ ਹਾਂ ਭਾਈ ਉੱਥੇ ਮਤਲਬ ਕਿ ਕੈਪਟਨ ਦਾ ਜਿਹੜਾ ਪਹਿਲਾ ਕਾਰਜਕਾਲ ਸੀ, ਤਦ ਵੀ ਰੈਸਟ ਹਾਊਸ, ਗੈਸਟ ਹਾਊਸ, ਸਰਕਟ ਹਾਊਸ ਇਹਨਾਂ ਦੇ ਵਿੱਚ ਅਸੀਂ ਦੇਖਿਆ ਕਿ ਆ ਕੇ ਮੰਤਰੀ ਰੁਕਦੇ ਸੀ, ਮੀਟਿੰਗਾਂ ਕਰਦੇ ਸੀ, ਬੈਠਕਾਂ ਕਰਦੇ ਸੀ, ਮੀਡੀਆ ਨੂੰ ਮਿਲਦੇ ਸੀ। ਪਰ ਉਸ ਤੋਂ ਬਾਅਦ ਜਦੋਂ ਬਾਦਲਾਂ ਦੇ 10 ਸਾਲ ਵਾਲਾ ਰਾਜ ਆਇਆ ਤੇ ਆਹ 5 ਸਾਲ ਪਿਛਲੇ ਕੈਪਟਨ ਚੰਨੀ ਵਾਲੇ ਲੰਘੇ, ਇਹਨਾਂ 15 ਸਾਲਾਂ ਦੇ ਵਿੱਚੋਂ ਸਾਰਿਆਂ ਨੇ ਮੂੰਹ ਮੋੜ ਲਿਆ ਤੇ ਉਹਦਾ ਨਤੀਜਾ ਸੀ ਕਿ ਖੰਡਰ ਵੀ ਬਣ ਗਏ, ਇਹ ਖਰਾਬ ਵੀ ਹੋਣ ਲੱਗ ਗਏ, ਇਹਨਾਂ ਦੀ ਸਾਂਭ ਸੰਭਾਲ ਖਤਮ ਹੋ ਗਈ, ਤਾਲੀ ਲੱਗੇ ਰਹਿ ਗਏ ਕਮਰਿਆਂ ਨੂੰ, ਤੇ ਉਹਦਾ ਨਤੀਜਾ ਕਿ ਉਹ ਲੋਕਾਂ ਦੀ ਪਹੁੰਚ ਤੋਂ ਵੀ ਬਾਹਰ ਹੋ ਗਏ, ਸਰਕਾਰ ਦੀ ਪਹੁੰਚ ਤੋਂ ਬਾਹਰ ਹੋ ਗਏ। ਹੁਣ ਉਹਨਾਂ ਨੂੰ ਦੁਬਾਰਾ ਖੋਲਣਾ, ਕਹਿੰਦੇ ਕਿ ਮਹਿੰਗੇ ਹੋਟਲਾਂ 'ਚ ਨਹੀਂ ਰਹਿਣਾ, ਇਹਦੇ ਨਾਲ VIP ਕਲਚਰ ਖਤਮ ਹੋ ਜਾਊਗਾ ਤੇ ਸਰਕਾਰ ਨੂੰ ਰਾਹਤ ਮਿਲੂਗੀ, ਸਰਕਾਰ ਦੇ ਖਜ਼ਾਨੇ 'ਚ ਪੈਸਾ ਆਊਗਾ। ਪਰ ਜਿਹੜਾ ਦੂਜਾ ਡਰ ਲੱਗਦਾ ਕਿ ਆਹ ਚੰਗੇ ਕੰਮ ਦੇ ਨਾਲ ਨਾਲ ਕਿਤੇ ਇੱਕ ਨਵਾਂ ਘਪਲੇ ਦਾ ਰਾਹ ਤਾਂ ਨਹੀਂ ਖੁੱਲ ਜਾਊਗਾ ਜੀ। ਜਿਹੜਾ ਇਹ ਹੁਕਮ ਜਾਰੀ ਕੀਤਾ ਮਾਨ ਸਾਹਿਬ ਨੇ ਮੰਤਰੀਆਂ ਨੂੰ, ਸੰਤਰੀਆਂ ਨੂੰ, ਅਧਿਕਾਰੀਆਂ ਨੂੰ ਕਿ ਭਾਈ ਰੈਸਟ ਹਾਊਸ, ਗੈਸਟ ਹਾਊਸ, ਸਰਕਟ ਹਾਊਸ 'ਚ ਰੁਕਣਾ ਹੈ, ਨਾਲ ਹੀ ਹਰਪਾਲ ਚੀਮਾ ਜੀ ਨੂੰ ਵੀ ਹੁਕਮ ਜਾਰੀ ਕੀਤਾ। ਹਰਪਾਲ ਚੀਮਾ ਜੀ ਨੂੰ ਕਿਹਾ ਕਿ ਅਗਲੇ ਬਜਟ ਦੇ ਵਿੱਚ ਇਹਨਾਂ ਦੀ ਰਿਪੇਅਰ ਲਈ, ਇਹਨਾਂ ਦੀ ਸਾਂਭ ਸੰਭਾਲ ਲਈ, ਇਹਨਾਂ ਨੂੰ ਦਰੁਸਤ ਕਰਨ ਦੇ ਲਈ ਇੱਕ ਪੈਸੇ ਰੱਖੋ ਜੀ ਰਕਮ, ਜੇ ਮੈਨੂੰ ਪਤਾ ਲੱਗ 50 ਕਰੋੜ ਦੇ ਕਰੀਬ ਬਣਨੀ ਹੈ। ਹੁਣ ਆ 50 ਕਰੋੜ ਕੀ ਠੇਕੇਦਾਰਾਂ ਨੂੰ ਕਮਾਈ ਛਕਾਉਣੀ ਹੈ ਜੀ, ਕਿਹਨੂੰ ਮਲਾਈ ਖਵਾਉਣੀ ਹੈ। ਪਰਸੋਂ ਚੌਥੇ ਇੱਕ ਮਾਮਲਾ ਧਿਆਨ ਚ ਆਇਆ ਕਿ ਬਾਦਲਾਂ ਨੇ ਕੰਡਿਆਲੀ ਤਾਰ ਦੇ ਪਾਰ ਬੀਜ ਫਾਰਮ ਬਣਾਉਣ ਲਈ ਜ਼ਮੀਨ ਲਈ। ਹਾਂਜੀ ਬਿਲਕੁਲ ਹੈ, ਉਹ 700 ਏਕੜ ਜ਼ਮੀਨ ਦਾ ਮਾਮਲਾ ਚੱਲਦਾ, ਜਦੋਂ ਕਿ ਉਹ ਜ਼ਮੀਨ ਹਕੀਕਤ ਚ 1200 ਏਕੜ ਦੇ ਕਰੀਬ ਹੈ। ਤੇ ਜਿਹੜੀ ਜ਼ਮੀਨ ਮਤਲਬ ਕਿ ਉੱਥੇ 40,000 ਨੂੰ ਵੀ ਕੋਈ ਲੈਣ ਨੂੰ ਤਿਆਰ ਸੀ, 30,000 ਨੂੰ ਵੀ ਲੈਣ ਨੂੰ ਤਿਆਰ ਨਹੀਂ ਸੀ, ਉੱਥੇ ਇਹਨਾਂ ਨੇ ਇੰਨੇ ਲੱਖਾਂ ਦੇ ਹਿਸਾਬ ਨਾਲ ਕਿਉਂ ਲਈ? ਫਾਇਦਾ ਕਿਸਾਨ ਨੂੰ ਹੋਇਆ ਜਾਂ ਕਿਸਾਨਾਂ ਤੋਂ ਪਹਿਲਾਂ ਕੌਡੀਆਂ ਦੇ ਭਾਅ ਲੈ ਕੇ ਕਿਸੇ ਹੋਰ ਨੇ ਲਈ ਸੀ? ਫਿਰ ਉੱਥੇ 8 ਕਰੋੜ ਦੀ ਮਸ਼ੀਨਰੀ ਸੀ, ਉਹ ਚ ਟਰੈਕਟਰ, 30 ਟਿਊਬਵੈਲ ਹੈ ਨਾ, ਹੈ ਫਿਰ ਉੱਥੇ ਜਨਰੇਟਰ, ਉੱਥੇ ਹੋਰ ਸੰਦ ਸਮਾਨ ਹੈ, ਉਹ ਸਾਰਾ 8 ਕਰੋੜ ਦੀ ਮਤਲਬ ਉਹ ਸੀ, ਉਹ ਸਾਰਾ ਮਿੱਟੀ ਹੋਇਆ ਜੀ। ਉੱਥੇ ਖੜਾ ਹੀ ਜੰਗਾਲ ਲੱਗ ਗਿਆ ਕਿ ਤੁਸੀਂ ਜਾ ਹੀ ਨਹੀਂ ਸਕਦੇ, ਰੋਜ਼ ਉੱਥੇ ਰਹਿ ਹੀ ਨਹੀਂ ਸਕਦਾ ਕੋਈ, ਉਹ ਬੀਜ ਫਾਰਮ ਕਿਵੇਂ ਚੱਲੂਗਾ? ਸੋ ਉਸ ਨੂੰ ਲੈ ਕੇ ਲੋਕ ਤਾਂ ਸੋਸ਼ਲ ਮੀਡੀਆ ਸਿੱਧੇ ਹੋ ਗਏ ਕਿ ਬਾਈ ਪਤਾ ਨਹੀਂ ਚਿੱਟੇ ਦੇ ਰਾਹ ਲਈ ਲਿਆ ਹੋਵੇ ਬਾਦਲਾਂ ਨੇ, ਲੋਕ ਤਾਂ ਸੋਸ਼ਲ ਮੀਡੀਆ ਤਾਂ। ਪਰ ਸਵਾਲ ਮੈਂ ਜਿਹੜੀ ਗੱਲ ਨਾਲ ਗੱਲ ਕਰਨਾ ਚਾਹੁੰਦਾ, ਉਹ ਮੈਂ ਇਹ ਕਰਨਾ ਚਾਹੁੰਦਾ ਕਿ ਉਹ ਪੈਸਾ ਜਿਹੜਾ ਉੱਥੇ ਡੰਪ ਕੀਤਾ ਹੈ ਨਾ, ਕੀ ਉਹ ਘਪਲਾ ਸੀ ਕਿ ਉਹ ਕਿਸੇ ਨੂੰ ਰਾਹਤ ਦੇਣ ਲਈ ਸੀ? ਉਸੇ ਤਰ੍ਹਾਂ ਹੁਣ ਆ VIP ਕਲਚਰ ਖਤਮ ਕਰਨ ਦੇ ਨਾਂ ਦੇ ਉੱਤੇ ਲੋਕਾਂ ਨੂੰ ਦੇਖਣ ਨੂੰ ਬਹੁਤ ਚੰਗਾ ਸੁਨੇਹਾ ਲੱਗਦਾ, ਪਰ 50 ਕਰੋੜ ਰੁਪਇਆ ਕਿਹੜੇ ਠੇਕੇਦਾਰਾਂ ਨੂੰ ਛਕਾਉਣਾ ਫਿਰ ਜੀ? 50 ਕਰੋੜ ਦੀ ਰਿਪੇਅਰ ਦੇ ਨਾਂ ਤੇ ਕੋਈ ਘਪਲਾ ਤਾਂ ਨਹੀਂ ਨਵਾਂ ਖੜਾ? ਪੰਜਾਬ ਦੇ ਵਿੱਚ ਸਭ ਨੂੰ ਪਤਾ ਕਿ ਪਿੰਡਾਂ 'ਚ ਜਿਹੜੀਆਂ ਟਾਈਲਾਂ ਲੱਗੀਆਂ ਉਹ ਕਿਹਦੀਆਂ ਬਣ ਕੇ ਆਉਂਦੀਆਂ ਸੀ, ਤੇ ਉਹਦੀ ਮਟਾਈ ਚੜਾਈ ਕਿੰਨੀ ਚਾਹੀਦੀ ਸੀ ਤੇ ਨਿਕਲੀ ਕਿੰਨੀ ਆ, ਨਿਕਲੀ ਕਿੰਨੀ, ਕਿਹਨੇ ਪੈਸਾ ਖਾਧਾ? ਜੀ ਬਿਲਕੁਲ। ਕਿਤੇ ਹੁਣ ਆ ਨਵਾਂ ਫਾਰਮੂਲਾ, ਕਿਉਂਕਿ ਇਹ ਫਾਰਮੂਲੇ ਸਮਝਾਉਂਦਾ ਕੌਣ ਹੈ? ਅਫਸਰਸ਼ਾਹੀ। ਇਹ ਸਕੀਮਾਂ ਦਿੰਦਾ ਕੌਣ ਹੈ? ਅਫਸਰਸ਼ਾਹੀ। ਕੀ ਇਹ ਉਹੀ ਅਫਸਰਸ਼ਾਹੀ ਜਿਹੜੀ ਬਾਦਲਾਂ ਤੇ ਕੈਪਟਨਾਂ ਨੂੰ ਸਕੀਮਾਂ ਦਿੰਦੀ ਸੀ? ਉਸੇ ਨੇ ਮਾਨ ਸਰਕਾਰ ਨੂੰ ਸਕੀਮ ਤਾਂ ਨਹੀਂ ਦਿੱਤੀ ਕਿ ਏਦਾਂ ਆਜੂਗਾ ਜੀ ਫੰਡ, ਏਦਾਂ ਆਜੂਗਾ ਜੀ? ਸੋ ਇਹ ਇੱਕ ਸਵਾਲ ਹੈ, ਜਵਾਬ ਸਰਕਾਰ ਦੇਵੇ। ਸੋ ਇਸ ਲਈ ਇਹ ਵੀ ਇੱਕ ਪਹਿਲੂ ਖੜਾ, ਇੱਕ ਪਾਸੇ ਚੰਗਾ ਲੱਗ ਰਿਹਾ ਕਿ ਕਦਮ VIP ਹੋਟਲਾਂ ਚੋਂ ਨਿਕਲ ਕੇ ਸਰਕਾਰ ਮਤਲਬ ਕਿ ਪੁਰਾਣੇ ਸਰਕਟ ਹਾਊਸ, ਰੈਸਟ ਹਾਊਸਾਂ 'ਚ ਆਜੂਗੀ। ਹਾਂ ਠੀਕ ਆ, ਉਹਨੂੰ ਰੰਗ ਰੁੰਗ ਤਾਂ ਕਰਾਉਣਾ ਪੈਣਾ ਭਾਈ, ਮਾੜਾ ਮੋਟਾ ਦੇਖ ਰੇਖ ਤਾਂ ਕਰਾਉਣੀ ਪੈਣੀ, ਪਰ ਕੀ ਇਹ ਸੱਚਮੁੱਚ 50 ਕਰੋੜ ਦਾ ਬਜਟ ਹੈਗਾ, 50 ਕਰੋੜ ਦਾ ਕੰਮ ਹੈਗਾ ਜਾਂ ਘਟਨਾ ਸਰ ਸਕਦਾ ਜਾਣ ਕੇ? ਇਹ ਸਵਾਲ ਖੜਾ ਜੀ ਪ੍ਰਵੀਤ ਜੀ। ਬਿਲਕੁਲ, ਸਵਾਲ ਤਾਂ ਖੜਾ ਹੀ ਆ। ਬਾਕੀ ਜਿਹੜੀਆਂ ਜਦੋਂ ਇਹ ਸਰਕਾਰ ਦੀਆਂ ਇਹ ਜਿਹੀਆਂ ਪਾਲਿਸੀਆਂ ਹੁੰਦੀਆਂ ਨਾ ਸ਼ਰਮਾ ਜੀ, ਜਿਨ੍ਹਾਂ ਦੇ ਵਿੱਚ ਕਿਤੋਂ ਚੀਜ਼ ਖਰੀਦੀ ਗਈ ਹੈ ਜਾਂ ਵੇਚੀ ਗਈ ਹੈ, ਉਹ ਤੋਂ ਫਿਰ ਘੁਟਾਲੇ ਦੀ, ਭ੍ਰਿਸ਼ਟਾਚਾਰ ਦੀ ਬੋਲ ਤਾਂ ਆਉਣੀ ਆਉਣੀ।